ਡੋਨੇਸ਼ਨ ਹੋਣੀ ਚਾਹੀਦੀ ਹੈ, ਬਟ ਉਹਦੀ ਪੁੱਛ ਪੜਤਾਲ ਵੀ ਹੋਣੀ ਚਾਹੀਦੀ ਹੈ ਵੀ ਕਿੱਥੇ ਪੈਸਾ ਕਿੱਥੇ ਲੱਗ ਰਿਹਾ, ਕਿੱਦਾਂ ਲੱਗ ਰਿਹਾ। ਚੰਗੀ ਗੱਲ ਹੈ ਜੀ ਡੋਨੇਸ਼ਨ ਜੇ ਬਾਹਰੋਂ ਆ ਰਹੀ ਹੈ, ਬਟ ਜਿੱਥੋਂ ਵੀ ਆ ਰਹੀ ਹੈ ਉਹ ਬੰਦੇ ਨੂੰ ਰਾਈਟ ਹੋਣਾ ਚਾਹੀਦਾ ਵੀ ਹਾਂ ਕਿੱਥੇ ਮੇਰਾ ਪੈਸਾ ਸਹੀ ਥਾਂ 'ਤੇ ਇਨਵੈਸਟ ਹੋਇਆ। ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੁਣ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਵੀ ਦਾਨ ਕਰ ਸਕਦੀਆਂ ਨੇ। ਦਰਅਸਲ ਮਈ ਵਿੱਚ ਹਰਿਮੰਦਰ ਸਾਹਿਬ ਲਈ FCRA ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਗਈ ਸੀ ਜੋ ਹੁਣ ਮਨਜ਼ੂਰ ਹੋ ਗਈ ਹੈ। ਸਰਕਾਰ ਦਾ ਜਿਹੜਾ ਕਦਮ ਬਹੁਤ ਵਧੀਆ ਵਾ ਕਿ ਜਿਹੜੀ ਫੰਡਿੰਗ ਬਾਹਰੋਂ ਜਿਹੜੇ ਕੋਈ ਵੀ ਆ ਕਿਤੋਂ ਵੀ ਅਮੈਰੀਕਾ ਕਨੇਡਾ ਜਾਂ ਹੋਰ ਕੋਈ ਵੀ ਦੇਸ਼ ਆ ਉਹ ਆਪਣਾ ਸ਼ਰਧਾਲੂ ਜੋ ਗੁਰਦੁਆਰੇ ਨੂੰ ਜਾਂ ਮੰਦਰ ਨੂੰ ਉਹ ਦੇ ਸਕਦਾ ਆਪਣੀ ਖੁਸ਼ੀ ਨਾਲ। NRI ਕਿਸੇ ਕੰਮ ਕਰਕੇ ਇੰਨੀ ਦੂਰ ਆਉਣਾ ਮੁਸ਼ਕਲ ਆ, ਉਹਨਾਂ ਕੋਲ ਇੱਕ ਹੁਣ ਸੇਫ ਅਤੇ ਬਹੁਤ ਵਧੀਆ ਤਰੀਕਾ ਜਿਹਦੇ ਨਾਲ ਉਹ ਬਾਹਰੋਂ ਔਨਲਾਈਨ ਆਪਦਾ ਦਸਵੰਧ ਗੁਰੂ ਘਰ ਨੂੰ ਘੱਲ ਸਕਦੇ ਹੈ, ਜਿਹਦੇ ਨਾਲ ਇੱਕ ਤਾਂ ਪੈਸੇ 'ਤੇ ਨਿਗਾਹ ਰੱਖ ਸਕਦੀ ਹੈ ਸਰਕਾਰ, ਦੂਸਰਾ ਇਹ ਹੈ ਜੀ ਗੁਰੂ ਘਰ ਦਸਵੰਧ ਜਲਦੀ ਪਹੁੰਚੂਗਾ, ਉਹਦਾ ਚੰਗਾ ਯੂਜ਼ ਕਰ ਸਕਦੀ ਹੈ। ਦੱਸ ਦਈਏ ਕਿ FCRA ਯਾਨੀ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ 2010 ਦੇ ਤਹਿਤ ਹੁਣ ਭਾਰਤ ਦੇ ਗ੍ਰਹਿ ਮੰਤਰਾਲੇ ਮੁਤਾਬਕ ਵਿਦੇਸ਼ਾਂ ਵਿੱਚ ਬੈਠੇ ਸ਼ਰਧਾਲੂ ਦਾਨ ਕਰ ਸਕਦੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਕਾਇਦਾ ਇਸ ਬਾਬਤ ਟਵੀਟ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਹੈ।